ਅਤਿ ਸ਼੍ਰੀ ਕਾਲ ਜੀ ਤੁਸੀਂ ਪ੍ਰਾਈਮਰੀ ਸ਼ਰਟ ਵਾਲੇ ਵੀਨ ਦਿਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਤਿੱਖੜ ਧੁੱਪ ਸੀ ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਤੱਕ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਮੌਸਮ ਗਰਮ ਤੇ ਖੁਸ਼ਕ ਰਹਿਣਾ ਆਉਂਦੇ ਇੱਕ ਹਫ਼ਤੇ ਦੇ ਵਿੱਚ ਮੀਂਹ ਕਣੀ ਦੀ ਬਦਲਵਾਈ ਦੀ ਹਵਾ ਘਟ ਜਾ ਵੱਧ ਚੱਲਣ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਤੇ ਜਿਵੇਂ ਮੈਂ ਅਕਸਰ ਇਹ ਗੱਲ ਕਹਿੰਦਾ ਪਿਛਲੇ ਕਈ ਦਿਨਾਂ ਤੋਂ ਕਿ ਮੀ ਪਵੇ ਵੀ ਨਾ ਤੇਜ਼ ਹਵਾਵਾਂ ਚੱਲੇ ਵੀ ਨਾ ਕਿਉਂਕਿ ਕਣਕ ਪੱਕਣ ਦੇ ਕੰਢੇ ਆਈ ਹੋਈ ਹੈ ਜੇਕਰ ਤੇਜ਼ ਹਨੇਰੀ ਵਗਦੀ ਹੈ ਤਾਂ ਵੀ ਫਸਲ ਵਿਛ ਜਾਣੀ ਹੈ ਜੇ ਮੀ ਪੈਂਦਾ ਤਾਂ ਵੀ ਕਣਕ ਦਾ ਨੁਕਸਾਨ ਹੋਣਾ ਸੋ ਇਸ ਵਕਤ ਮੌਸਮ ਗਰਮ ਤੇ ਖੁਸ਼ਕੀ ਚਾਹੀਦਾ ਕਿਉਂਕਿ ਪਹਿਲੀ ਅਪ੍ਰੈਲ ਤੋਂ ਆਪਾਂ ਜਾਣਦੇ ਕਿ ਸਰਕਾਰੀ ਤੌਰ ਤੇ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਣਾ ਤੇ ਅਪ੍ਰੈਲ ਮਹੀਨੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨ ਆ ਜਿਹੜੇ ਉਹ ਆਪਣੀ ਕਣਕ ਦੀ ਵਾਢੀ ਦਾ ਕੰਮ ਨੇਪਰੇ ਚਾੜਦੇ ਆ ਸੋ ਸਾਰਾ ਕੁਝ ਠੀਕ ਰਵੇ ਮੰਡੀਆਂ ਦੇ ਵਿੱਚ ਕਿਸਾਨਿਤ ਕੀ ਰੁੱਲਣਾ ਉਹਨਾਂ ਦੀ ਫਸਲ ਦਾ ਝਾੜ ਚੰਗਾ ਨਿਕਲੇ ਆਰਥਿਕ ਤੌਰ ਦੇ ਉੱਤੇ ਕਿਸਾਨ ਤੇ ਮਜ਼ਦੂਰ ਨੂੰ ਖੁਸ਼ਹਾਲੀ ਮਿਲੇ ਇਹਦੀ ਅਸੀਂ ਕਾਮਨਾ ਕਰਦੇ ਆ ਪਹਿਲੀ ਜਿਹੜੀ ਵੱਡੀ ਖਬਰ ਹੈ ਉਹ ਹੈਗੀ ਆ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੀਤੇ ਗਏ ਨਵੇਂ ਐਲਾਨ ਨਾਲ ਸੰਬੰਧਿਤ ਭਗਵੰਤ ਮਾਨ ਨੇ ਇਹ ਕਿਹੜੀ ਗੱਲਾਂ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਾਬਕਾ ਵਿਧਾਇਕ ਆ ਜਾਂ ਜਿਹੜੇ ਵਰਤਮਾਨ ਵਿਧਾਇਕ ਆ ਉਹਨਾਂ ਨੂੰ ਇੱਕੋ ਪੈਨਸ਼ਨ ਮਿਲੂਗੀ ਕਿਉਂਕਿ ਪੰਜਾਬ ਦੇ ਵਿੱਚ ਕਈ ਵਿਧਾਇਕ ਤਾਂ ਇੱਕ ਵਾਰੀ ਬਣੇ ਆ ਪਰ ਕਈਆਂ ਨੂੰ 4 4 5 5 6 6 7 7 8 8 ਵਾਰ ਵਿਧਾਇਕ ਬਣਨ ਦਾ ਮੌਕਾ ਮਿਲਿਆ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਭਗਵੰਤ ਮਾਨ ਨੇ ਬਾਕੀ ਸਾਰੀ ਪੈਨਸ਼ਨ ਤੇ ਕਾਟਾ ਮਾਰਨ ਦੀ ਗੱਲ ਕਹਤੀ ਤੇ ਸਿਰਫ ਚੁਣੇ ਹੋਏ ਵਿਧਾਇਕ ਨੂੰ ਇੱਕ ਵਾਰ ਦੀ ਪੈਨਸ਼ਨ ਮਿਲੂਗੀ ਯਾਨੀ ਕਿ ਭਾਵੇਂ ਕੋਈ 10 ਵਾਰ ਵਿਧਾਇਕ ਬਣਿਆ ਹੋਵੇ ਤਾਂ ਇਹ ਨਹੀਂ ਕਿ ਉਹਨੂੰ 10 ਵਾਰੀ ਦੀ ਵਿਧਾਇਕੀ ਦੀ ਪੈਨਸ਼ਨ ਮਿਲੂ ਜਿਹੜੀ ਕਿ ਬਹੁਤ ਵੱਡੇ ਪੱਦਰ ਤੇ ਬਣਦੀ ਹੈ 4-5 ਲੱਖ ਰੁਪਈਆ ਮਹੀਨਾ ਬਣ ਜਾਂਦਾ ਉਹਨੂੰ ਸਿਰਫ ਇੱਕ ਵਾਰ ਦੀ ਪੈਨਸ਼ਨ ਮਿਲੂਗੀ ਜਿਹੜੀ ਲਗਭਗ 73-74 ਹਜ਼ਾਰ ਰੁਪਈਆ ਮਹੀਨਾ ਬਣਦੀ ਹੈ ਇਸ ਤੋਂ ਵੱਧ ਕੇ ਨਹੀਂ ਸੋ ਭਗਵੰਤ ਮਾਨ ਨੂੰ ਇਹ ਕਿਹੜੇ ਕਾਰਨ ਕਰਕੇ ਫੈਸਲਾ ਕਰਨਾ ਪਿਆ ਕੀ ਭਗਵੰਤ ਮਾਨ ਦਾ ਇਹ ਫੈਸਲਾ ਠੀਕ ਹੈ ਕੀ ਵਿਰੋਧੀ ਪਾਰਟੀਆਂ ਇਸ ਫੈਸਲੇ ਨਾਲ ਸੰਤੁਸ਼ਟ ਹੋਣਗੀਆਂ ਕਿ ਇਸ ਵਕਤ ਪੰਜਾਬ ਦੀ ਆਰਥਿਕਤਾ ਜਿਹੜੀ ਕਿ ਬਹੁਤ ਵਿਗੜੀ ਪਈ ਹੈ ਉਹਦੇ ਵਿੱਚ ਯੋਗਦਾਨ ਪਾਉਣ ਦਾ ਇਹ ਇੱਕ ਤਰੀਕਾ ਇੱਕ ਹਰਬਾ ਹੈਗਾ ਸੋ ਇਹ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਫੈਸਲੇ ਤੋਂ ਸੰਤੁਸ਼ਟ ਵੀ ਹੈ ਅਸੀਂ ਸਮੇਂ-ਸਮੇਂ ਤੇ ਖਬਰਾਂ ਵਿੱਚ ਪੜਦੇ ਹਾਂ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਸੂਬਿਆਂ ਦੀਆਂ ਸਰਕਾਰਾਂ ਇਸ ਗੱਲ ਦਾ ਫੈਸਲਾ ਕਰਨ ਕਿ ਤੁਸੀਂ ਪੈਨਸ਼ਨ ਬਹਾਲੀ ਕਰਨੀ ਹੈ ਜਾਂ ਫਿਰ ਨਹੀਂ ਯਾਨੀ ਕਿ 2004 ਤੋਂ ਬਾਅਦ ਜਿਹੜੇ ਭਰਤੀ ਹੋਏ ਮੁਲਾਜ਼ਮਾਂ ਉਹਨਾਂ ਦੀ ਪੈਨਸ਼ਨ ਰੱਖਣੀ ਆ ਪੈਨਸ਼ਨ ਦੇਣੀ ਆ ਜਾਂ ਨਹੀਂ ਦੇਣੀ ਇਹ ਸੂਬਿਆਂ ਦੀਆਂ ਸਰਕਾਰਾਂ ਨੇ ਉੱਤੇ ਛੱਡ ਦਿੱਤਾ ਹੈ ਇਹ ਉਹਨਾਂ ਦੇ ਅਧਿਕਾਰ ਦਾ ਫੈਸਲਾ ਆਮ ਆਦਮੀ ਪਾਰਟੀ ਵੀ ਇਹ ਗੱਲ ਕਹਿ ਕੇ ਸੱਤਾ ਦੇ ਵਿੱਚ ਆਈ ਆ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਦਾ ਕੰਮ ਕਰਾਂਗੇ ਯਾਨੀ ਕਿ ਜੇ ਮੰਨ ਲਓ ਅੱਜ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਆ ਕਈ ਸੂਬਿਆਂ ਦੀਆਂ ਸਰਕਾਰਾਂ ਵੀ ਗੱਲ ਕਹਿਣਗੀਆਂ ਕਿ ਪੈਨਸ਼ਨ ਨਹੀਂ ਦੇਣੀ ਅਸੀਂ ਜੇ ਮੰਨ ਲਓ ਕੋਈ 2004 ਤੋਂ ਬਾਅਦ ਭਰਤੀ ਹੁੰਦਾ 58 ਸਾਲ ਉਸ ਬੰਦੇ ਨੇ ਨੌਕਰੀ ਕੀਤੀ ਆ ਤਾਂ ਉਹਨੂੰ ਇੱਕ ਪੈਸਾ ਨਹੀਂ ਮਿਲਣਾ ਪੈਨਸ਼ਨ ਦੇ ਰੂਪ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਵੀ ਜਦੋਂ ਬੰਦਾ 25 30 35 ਸਾਲ ਨੌਕਰੀ ਕਰਦਾ ਕਿਸੇ ਵੀ ਮਹਿਕਮੇ ਦੇ ਵਿੱਚ 40 ਸਾਲ ਨੌਕਰੀ ਕਰਦਾ ਤਾਂ 58 ਸਾਲ ਦੀ ਉਮਰ ਦਾ ਹੋਣ ਤੱਕ ਉਹਦੇ ਗਿੱਟੇ ਗੋਡੇ ਰਹਿ ਜਾਂਦੇ ਆ ਉਹਨੂੰ ਕਈ ਤਰ੍ਹਾਂ ਦੇ ਰੋਗ ਵੀ ਘੇਰਾ ਪਾ ਲੈਂਦੇ ਆ ਉਹਦੇ ਨਿਆਣੇ ਨਿੱਕੇ ਵਯਾਉਣ ਵਾਲੇ ਹੋ ਜਾਂਦੇ ਆ ਉਹਨੂੰ ਹੋ ਸਕਦਾ ਘਰ ਬਣਾਉਣ ਦੀ ਲੋੜ ਵੀ ਪਵੇ ਹੋ ਸਕਦਾ ਆਪਰੇਸ਼ਨ ਕਰਾਉਣ ਦੀ ਲੋੜ ਵੀ ਪਵੇ ਹੋ ਸਕਦਾ ਜਿੰਦਗੀ ਦੇ ਵਿੱਚ ਕੋਈ ਨਾ ਕੋਈ ਹੋਰ ਜ਼ਰੂਰਤ ਵੀ ਪੈ ਜਾਏ ਕੀ ਉਸ ਤੋਂ ਬਾਅਦ 58 ਸਾਲ ਦੀ ਉਮਰ ਤੋਂ ਬਾਅਦ ਉਹਨੇ ਰੋਟੀ ਖਾਣੀ ਬੰਦ ਕਰ ਦੇਣੀ ਆ ਕੀ ਉਹਨੂੰ ਛੱਤ ਦੀ ਲੋੜ ਨਹੀਂ ਕੀ ਉਹਨੇ ਬਿਜਲੀ ਦਾ ਬਿੱਲ ਨਹੀਂ ਅਦਾ ਕਰਨਾ ਕੀ ਉਹਦੇ ਨਿਆਣੇ ਨਿੱਕੇ ਬਿਮਾਰ ਨਹੀਂ ਹੋ ਸਕਦੇ ਕੀ ਉਹਦੀ ਜ਼ਿੰਦਗੀ ਦੀ ਜ਼ਰੂਰਤ ਹਰ ਕੋਈ ਖਤਮ ਹੋ ਜਾਂਦੀ ਹੈ ਸਰਕਾਰ ਜੇਕਰ 58 ਸਾਲ ਨੌਕਰੀ ਕਰਨ ਵਾਲੇ ਲੋਕਾਂ ਦੀ ਪੈਨਸ਼ਨ ਦੇ ਉੱਤੇ ਕਟਾਫੇਰ ਨੂੰ ਤਿਆਰ ਹੈ ਤਾਂ ਫਿਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇੱਕ ਵਾਰ ਵਿਧਾਇਕ ਬਣੇ ਬੰਦਾ 5 ਸਾਲ ਦੇ ਲਈ ਉਹਨੂੰ ਪੈਨਸ਼ਨ 75000 ਦੂਜੀ ਵਾਰ ਵਿਧਾਇਕ ਬਣੇ ਉਹਨੂੰ ਪੈਨਸ਼ਨ ਸਵਾ ਲੱਖ ਦੇ ਨੇੜੇ ਛੇਵੀਂ ਵਾਰ ਵਿਧਾਇਕ ਬਣੇ ਉਹਨੂੰ 3 ਲੱਖ ਤੋਂ ਉੱਤੇ 11ਵੀਂ ਵਾਰ ਵਿਧਾਇਕ ਬਣੇ ਉਹਨੂੰ 5 ਲੱਖ ਤੋਂ ਉੱਤੇ ਤੁਸੀਂ 5-5 ਸਾਲ ਦੇ ਲਈ ਬਣਾਈ ਜਾਓ ਆਪਦੀ ਸਰਕਾਰ ਜਾਂ ਤੁਸੀਂ 5-5 ਸਾਲ ਦੇ ਲਈ ਵਿਧਾਇਕ ਬਣੋ ਤੇ ਤੁਹਾਡੀ ਪੈਨਸ਼ਨ ਦੁੱਗਣੀ ਹੁੰਦੀ ਜਾਵੇ ਤੇ ਉਧਰ ساری ਉਮਰ 35-40 ਸਾਲ ਬੰਦਾ ਠੋਕਰਾਂ ਖਾਂਦਾ ਸੇਵਾ ਕਰਦਾ ਜ਼ਿੰਦਗੀ ਦੇ ਵਿੱਚ ਆਪਣਾ ਸਾਰਾ ਕੁਝ ਦਾਤੇ ਲਾ ਦਿੰਦਾ ਅਦਖੜ ਹੋ ਜਾਂਦਾ ਤੇ ਫਿਰ ਤੁਸੀਂ ਉਹਦੀ ਪੈਨਸ਼ਨ ਦੇ ਉੱਤੇ ਕਾਟਾ ਫੇਰੀ ਜਾਂਦੇ ਹੋ ਇਹ ਕਿਹੜੀ ਇਮਾਨਦਾਰੀ ਹੈ ਤੇ ਇਹ ਕਿਹੜੇ ਪੱਖ ਦੀ ਨੀਤੀ ਹੈ ਇਹ ਪੱਖਪਤੀ ਰਵਈਆ ਕਿਉਂ ਆ ਆਪਣੀਆਂ ਜਿਹੜੇ ਉਹ ਸਾਰਾ ਕੁਝ ਮਿਲ ਮਿਲਾ ਕੇ ਕਰਦੇ ਆ ਤੇ ਸਧਾਰਨ ਮੁਲਾਜ਼ਮਾਂ ਜਿਹੜੀ ਉਹਦੀ ਪੈਨਸ਼ਨ ਦੇ ਉੱਤੇ ਕਾਟਾ ਫੇਰਦੇ ਆ ਪਰ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਵੇਂ ਵਿਧਾਇਕ ਜਿੰਨੀ ਵਾਰ ਵਰਜੀ ਬਣ ਗਿਆ ਹੋਵੇ ਉਹਨੂੰ ਅਸੀਂ ਸਿਰਫ ਇੱਕ ਵਾਰ ਦੀ ਪੈਨਸ਼ਨ ਦੇਣੀ ਆ ਬਹੁਤ ਸੁਲੱਖਣਾ ਇਹ ਫੈਸਲਾ ਹੈਗਾ ਪਰ ਮੈਂ ਇਹਦੇ ਨਾਲ ਇਹ ਵੀ ਗੱਲ ਜੋੜਦਿਆਂ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਪਿਛਲੇ ਦਿਨੀ ਹੀ ਇਹ ਗੱਲ ਕਹੀ ਸੀ ਕਿ ਜੀ ਮੇਰੀ ਪੈਨਸ਼ਨ ਜਿਹੜੀ ਆਉਂਦੀ ਸੀ ਇਹਨੂੰ ਰੋਕ ਦਿੱਤਾ ਜਾਵੇ ਮੈਨੂੰ ਇਹ ਪੈਨਸ਼ਨ ਨਹੀਂ ਚਾਹੀਦੀ ਤੇ ਮੇਰੀ ਜਿਹੜੀ ਇਹ ਪੈਨਸ਼ਨ ਦੀ ਰਕਮ ਆ ਇਹ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੀ ਮਦਦ ਦੇ ਵਾਸਤੇ ਖਰਚ ਕੀਤੀ ਜਾਵੇ ਮੈਂ ਸੋਚ ਰਹਾ ਉਮਰ ਦੇ ਇਸ ਮੋੜ ਦੇ ਉੱਤੇ ਵੱਡੇ ਬਾਦਲ ਸਾਹਿਬ ਦੇ ਵੱਲੋਂ ਕੀਤਾ ਗਿਆ ਫੈਸਲਾ ਚੰਗਾ ਤੇ ਬਾਕੀਆਂ ਨੂੰ ਵੀ ਇਹ ਫੈਸਲਾ ਕਰਨਾ ਚਾਹੀਦਾ ਪੰਜਾਬ ਦੇ ਬਹੁਤ ਸਾਰੇ ਵਿਧਾਇਕੀ ਹੋ ਜੇ ਆ ਜਿਨ੍ਹਾਂ ਦੇ ਕਰੋੜਪਤੀ ਅਰਬਪਤੀ ਕਾਰੋਬਾਰ ਆ ਜਿਨ੍ਹਾਂ ਨੂੰ ਕਿਸੇ ਕਿਸਮ ਦੇ ਹੁਕਾਟ ਨਹੀਂ ਹੈਗੀ ਪਰ ਜਿਵੇਂ ਕਹਿੰਦੇ ਹੁੰਦੇ ਸਿਆਣੇ ਕਿ ਸਰਕਾਰੀ ਤੇਲ ਮਿਲਦਾ ਹੋਵੇ ਤਾਂ ਭਾਂਡਾ ਕੋਲੇ ਨਾ ਹੋਵੇ ਤਾਂ ਜੁੱਤੀ ਚ ਪਵਾ ਲਓ ਇਹ ਉਹ ਤੇਲ ਜੁੱਤੀ ਦੇ ਵਿੱਚ ਪਾਉਣ ਵਾਲੀਆਂ ਗੱਲਾਂ ਕਰਦੇ ਆ ਵੀ ਚਲੋ ਜੁੱਤੀ ਰੈਲੀ ਹੋ ਜੂ ਹੋਰ ਨਹੀਂ ਕੁਝ ਤਾਂ ਸੋ ਲਾਲਚ ਬੁਰੀ ਬਲਾ ਇਹ ਲੋਕ ਕਰੋੜਪਤੀ ਹੋਣ ਦੇ ਬਾਵਜੂਦ ਜੇਕਰ ਦੋ ਪੈਨਸ਼ਨਾਂ ਬਣਦੀਆਂ ਤਿੰਨ ਪੈਨਸ਼ਨਾਂ ਬਣਦੀਆਂ ਕਦੇ ਨਹੀਂ ਆਪਦੇ ਮੂੰਹ ਦੇ ਵਿੱਚੋਂ ਇੱਕ ਵਾਰ ਵੀ ਇਹ ਗੱਲ ਕਹਿੰਦੇ ਵੀ ਨਾ ਸਾਨੂੰ ਇੱਕ ਵਾਰ ਦੀ ਪੈਨਸ਼ਨ ਠੀਕ ਆ ਨਾ ਅਸੀਂ ਪੈਨਸ਼ਨ ਲੈਣੀ ਹੀ ਨਹੀਂ ਜੋ ਆਉਂਦਾ ਹੜੱਪ ਕਰ ਲੋ ਜੋ ਹੁੰਦਾ ਖਾਈ ਪੀ ਜਾਓ ਇਹ ਗੱਲਾਂ ਚੰਗੀਆਂ ਨਹੀਂ ਬਹੁਤ ਸਾਰੇ ਜਿਹੜੇ ਲੋਕ ਆ ਇਸ ਵੇਲੇ ਲੋੜਵੰਦ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲਦੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਆ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਪਰ ਰਜੇ ਪੁੱਜਾਂ ਨੂੰ ਕੀ ਫਾਇਦਾ ਰਜਾਉਣ ਦਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਹ ਰਹਿ ਟਿੱਪੜੀ ਪੰਜਾਬ ਦੇ ਵਿੱਚ ਹੁਣ ਇੱਕ ਵਿਧਾਇਕ ਨੂੰ ਇੱਕ ਵਾਰ ਹੀ ਪੈਨਸ਼ਨ ਮਿਲੇਗੀ ਚਾਹੇ ਉਹ ਕਿੰਨੀ ਵੀ ਵਾਰ ਕਿਉਂ ਨਾ ਚੋਣ ਜਿੱਤਿਆ ਹੋਵੇ ਸ਼ੁੱਕਰਵਾਰ ਨੂੰ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਹੈ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵਿਧਾਇਕ ਸੇਵਾ ਦੇ ਨਾਂ ਦੇ ਉੱਤੇ ਰਾਜਨੀਤੀ ਵਿੱਚ ਆਉਂਦੇ ਨੇ ਤਾਂ ਫਿਰ ਲੱਖਾਂ ਦੀ ਪੈਨਸ਼ਨ ਦੇਣੀ ਜਾਇਜ਼ ਨਹੀਂ ਉਹਨਾਂ ਨੇ ਕਿਹਾ ਕਿ ਵਿਧਾਇਕ ਹੀ ਨਹੀਂ ਸਗੋਂ ਉਹਨਾਂ ਦੇ ਪਰਿਵਾਰ ਨੂੰ ਮਿਲ ਰਹੀ ਪੈਨਸ਼ਨ ਨੂੰ ਵੀ ਰਿਵਾਈਜ਼ ਕੀਤਾ ਜਾਵੇਗਾ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਇਸ ਫੈਸਲੇ ਨਾਲ ਸਭ ਤੋਂ ਵੱਡਾ ਝਟਕਾ ਕਾਂਗਰਸ ਤੇ ਅਕਾਲੀ ਦਲ ਨੂੰ ਲੱਗਿਆ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਹੁਣੇ-ਹੁਣੇ ਪੈਨਸ਼ਨ ਆਪਣੀ ਤਿਆਗੀ ਹੈ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਬੀਬੀ ਰਜਿੰਦਰ ਕੌਰ ਪੱਠੜ੍ਹ ਸਮੇਤ ਕਈ ਹੋਰ ਸਾਬਕਾ ਵਿਧਾਇਕ ਜਾਂ ਵਰਤਮਾਨ ਵਿਧਾਇਕੇ ਹੋ ਜੇ ਨੇ ਜਿਨ੍ਹਾਂ ਨੂੰ ਲੱਖਾਂ ਰੁਪਏ ਦੀ ਪੈਨਸ਼ਨ ਮਿਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜਦੋਂ ਸਾਡੇ ਐਮਐਲਏ ਹੱਥ ਜੋੜ ਕੇ ਲੋਕਾਂ ਤੋਂ ਵੋਟ ਮੰਗਦੇ ਨੇ ਕੋਈ ਰਾਜਨੀਤਿਕ ਸਿਵਾਰੀ ਗੱਲ ਕਰਦਾ ਹੈ ਕੋਈ ਕੁਝ ਕਹਿੰਦਾ ਪਰ ਹਨਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਐਮਐਲਏ ਹਾਰਨ ਤੋਂ ਬਾਅਦ 3 ਲੱਖ ਤੋਂ ਲੈ ਕੇ 2.5 ਲੱਖ ਰੁਪਏ ਤੱਕ ਪੈਨਸ਼ਨ ਲੈਂਦੇ ਨੇ ਖਜ਼ਾਨੇ ਦੇ ਉੱਤੇ ਕਰੋੜਾਂ ਰੁਪਏ ਦਾ ਬੋਝ ਪੈਂਦਾ ਕਈ ਇਹੋ ਜਿਹੇ ਨੇ ਜੋ ਸੰਸਦ ਤੇ ਐਮਐਲਏ ਦੋਹਾਂ ਦੀ ਪੈਨਸ਼ਨ ਲੈ ਰਹੇ ਨਹੀਂ ਹੁਣ ਐਮਐਲਏ ਚਾਹੇ ਦੋ ਵਾਰ ਜਿੱਤੇ ਜਾਂ ਸੱਤ ਵਾਰ ਉਹਨੂੰ ਪੈਨਸ਼ਨ ਸਿਰਫ ਇੱਕ ਟਰਮ ਦੀ ਹੀ ਮਿਲੇਗੀ ਇਹਦੇ ਨਾਲ ਹੀ ਪੈਨਸ਼ਨ ਤੋ ਜਿਹੜਾ ਕਰੋੜਾਂ ਰੁਪਇਆ ਬਚੇਗਾ ਉਹ ਲੋਕਾਂ ਦੀ ਭਲਾਈ ਦੇ ਉੱਤੇ ਖਰਚ ਕੀਤਾ ਜਾਵੇਗਾ ਕਈ ਵਿਧਾਇਕਾਂ ਦੀ ਫੈਮਿਲੀ ਪੈਨਸ਼ਨ ਵੀ ਬਹੁਤ ਜ਼ਿਆਦਾ ਹੈ ਜਿਹਨੂੰ ਘਟਕ ਕੀਤਾ ਜਾਵੇਗਾ ਪੰਜਾਬ ਦੇ ਵਿੱਚ 6 ਵਾਰ ਵਿਧਾਇਕ ਰਹੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੜ੍ਹ ਲਾਲ ਸਿੰਘ ਸਰਵਣ ਸਿੰਘ ਫਲੌਰ ਨੂੰ ਲੱਖਾਂ ਰੁਪਏ ਪੈਨਸ਼ਨ ਮਿਲਦੀ ਹੈ ਤੇ 5 ਵਾਰ ਵਿਧਾਇਕ ਰਹੇ ਬਲਵਿੰਦਰ ਸਿੰਘ ਪੁੰਦੜ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ 2 ਲੱਖ ਰੁਪਏ ਤੋਂ ਉੱਪਰ ਦੀ ਪੈਨਸ਼ਨ ਮਿਲਦੀ ਹੈ ਰਾਜ ਸਭਾ ਮੈਂਬਰ ਵੱਖਰੇ ਤੌਰ ਦੇ ਉੱਤੇ ਤਨਖਾਹ ਪੈਨਸ਼ਨ ਤੇ ਪੱਤੇ ਵੀ ਲੈਂਦੇ ਨੇ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਚੋਣ ਹਾਰੇ ਨੇ ਪਰ ਉਹਨਾਂ ਨੂੰ ਵੀ ਲੱਖਾਂ ਰੁਪਏ ਦੀ ਪੈਨਸ਼ਨ ਮਿਲਦੀ ਹੈ ਸੋ ਇਸ ਕਰਕੇ ਮਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਵੇਲੇ ਸਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣ ਕੇ ਨਿਭਾਉਣਾ ਚਾਹੀਦਾ ਕਿਉਂਕਿ ਬੰਦਾ ਕਦੇ ਰਜਦਾ ਨਹੀਂ ਤੇ ਲੋੜਾ ਬੰਦੇ ਦੀਆਂ ਕਦੇ ਮੁਕਦੀਆਂ ਨਹੀਂ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਇੱਕ ਵਾਰ ਦੀ ਪੈਨਸ਼ਨ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਜੇਕਰ ਅੱਜ 75000 ਰੁਪਏ ਪੈਨਸ਼ਨ ਮਿਲਦੀ ਹੈ ਇਹਦੇ ਨਾਲ ਕਿਸੇ ਵੀ ਪਰਿਵਾਰ ਦਾ ਸੁਧਾਰਨ ਨੂੰ guzara ਹੋ ਸਕਦਾ ਹੈ ਉਹ ਵੀ ਤਾਂ ਲੋਕ ਆ ਜਿਹੜੇ ਕਿ 15000 ਰੁਪਏ ਦੇ ਵਿੱਚ 10000 ਰੁਪਏ ਮਹੀਨੇ ਵਿੱਚ guzara ਕਰਦੇ ਆ ਪਰ ਇਹ ਕਿਹੜਾ ਤਰੀਕਾ ਹੋਇਆ ਕਿ ਆਮ ਸੁਧਾਰਨ ਮੁਲਾਜ਼ਮਾਨੀਆਂ ਪੈਨਸ਼ਨਾਂ ਦੇ ਬਾਰੇ ਸਰਕਾਰਾਂ ਵਿਚਾਰ ਕਰਨ ਵੀ ਭਾਈ ਤੁਸੀਂ ਰੱਖਣੀ ਆ ਕਿ ਨਹੀਂ ਪੈਨਸ਼ਨ ਦੇਣੀ ਆ ਕਿ ਨਹੀਂ ਦੇਣੀ ਪੈਣੀ ਛਾ ਲਾਪੇ ਫੈਸਲਾ ਕਰ ਲੋ ਤੇ ਇਹ ਚੋਣਾ ਦਾ ਮੁੱਦਾ ਬਣ ਜੇ ਪਰ ਜਿਹੜੇ ਸਾਬਕਾ ਵਿਧਾਇਕ ਆ ਉਹਨਾਂ ਨੂੰ ਪਿੰਛੜਾਂ ਦੇ ਗੱਫੇ ਮਿਲੀ ਜਾਣ ਇਹ ਬਹੁਤ ਵਧੀਆ ਫੈਸਲਾ ਕੀਤਾ ਗਿਆ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਹੋਣਾ ਹੀ ਚਾਹੀਦਾ ਇਹ ਸਭ ਦੇ ਉੱਤੇ ਲਾਗੂ ਹੋਣਾ ਚਾਹੀਦਾ ਤੇ ਮੈਨੂੰ ਇਹ ਵੀ ਗੱਲ ਚੰਗੀ ਲੱਗੀ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ 1 ਰੁਪਈਆ ਮਹੀਨਾ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਦੇਵਮਾਨ ਵੀ ਹੈ ਜਿਹੜਾ ਕਿ ਇਸ ਵਕਤ ਨਾਬਾ ਖੇਤਰ ਤੋਂ ਵਿਧਾਇਕ ਚੁਣੇ ਗਏ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜਸਵੰਤ ਸਿੰਘ ਵੀ ਹੈ ਜਿਹੜੇ ਕਿ ਅਮਰਗੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਕਿਹਾ ਜੀ ਕਿ ਸਾਨੂੰ ਸਿਕਿਉਰਟੀ ਵੀ ਨਹੀਂ ਚਾਹੀਦੀ ਤੇ ਅਸੀਂ 1 ਰੁਪਇਆ ਤਨਖਾਹ ਦੇ ਉੱਤੇ ਕੰਮ ਕਰਨਾ ਤੇ ਸਾਨੂੰ ਪੈਨਸ਼ਨ ਵੀ ਨਹੀਂ ਚਾਹੀਦੀ ਮੈਂ ਸੋਚਦਾ ਨਿੱਜੀ ਤੌਰ ਦੇ ਉੱਤੇ ਕਿ ਸਾਨੂੰ ਖਜ਼ਾਨੇ ਦੇ ਉੱਤੇ ਰਹਿਮ ਵੀ ਕਰਨਾ ਚਾਹੀਦਾ ਸਾਡੇ ਰਹਿਮੋ ਕਰਮ ਦੇ ਨਾਲ ਖਜ਼ਾਨਾ ਇਹ ਬਚਿਆ ਰਹਿ ਸਕਦਾ ਪਰ ਅਸੀਂ ਸੋਚਦੇ ਘਟ ਅਸੀਂ ਸੋਚਦੇ ਆ ਭਾਈ ਫਲਾਣਾ ਕੀ ਕਰ ਰਿਹਾ ਪਰ ਅਸੀਂ ਕੀ ਹੜੱਪ ਕਰ ਰਹੇ ਹਾਂ ਇਹਦੇ ਬਾਰੇ ਸੋਚਦੇ ਨਹੀਂ ਸੋ ਕਈ ਲੋਕ ਇਹ ਵੀ ਗੱਲ ਕਹਿ ਸਕਦੇ ਜੀ ਕਿ ਫਲਾਣੇ ਫਲਾਣੇ ਜਿਹੜੇ ਤਨਖਾਹ ਨਹੀਂ ਲੈਂਦੇ ਪੈਨਸ਼ਨ ਨਹੀਂ ਲੈਂਦੇ ਉਹਨਾਂ ਦੇ ਕਾਰੋਬਾਰ ਹੋਣਗੇ ਤਾਰੋਬਾਰ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਤਾਰੋਬਾਰ ਵੀ ਇਮਾਨਦਾਰੀ ਦਾ ਹੋਣਾ ਚਾਹੀਦਾ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਕਿ ਅਰਬਪਤੀ ਆ ਪਰ ਇਸ ਦੇ باوجود ਪੈਨਸ਼ਨ ਨਹੀਂ ਛੱਡਦੇਗੇ ਹੁਣ ਕੈਪਟਨ ਮਰਿੰਦਰ ਸਿੰਘ ਨੇ ਉਹ ਮਹਾਰਾਜਾ ਪਰਿਵਾਰ ਦੇ ਵਿੱਚੋਂ ਆ ਪਰ ਇਸ ਦੇ باوجود ਕਦੇ ਖ਼ਬਰ ਹੀ ਨਹੀਂ ਆਈ ਵੀ ਉਹਨਾਂ ਨੇ ਕਿਹਾ ਹੋਵੇ ਜੀ ਕਿ ਮੇਰੀ ਪੈਨਸ਼ਨ ਸਾਰੀ ਬੰਦ ਕਰ ਦਿੱਤੀ ਜਾਵੇ ਜਾਂ ਮੇਰੀ ਪੈਨਸ਼ਨ ਜਿਹੜੀ ਉਹ ਲੋਕ ਸੇਵਾ ਦੇ ਕੰਮਾਂ ਦੇ ਵਿੱਚ ਪਾਈ ਜਾਵੇ ਇਹਦੇ ਬਾਬਤ ਖਰੇ ਜਾਣਕਾਰੀ ਨਹੀਂ ਮਿਲੀ ਸੋ ਜ਼ਰੂਰਤ ਹੈ ਇਸ ਵਕਤ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੇ ਬਾਰੇ ਵੀ ਸੋਚਿਆ ਜਾਵੇ ਆਮ ਲੋਕਾਂ ਨੇ ਬਣ ਕੇ ਰਿਹਾ ਜਾਵੇ ਕਾਰੋਬਾਰ ਕਰਨਾ ਮਾੜੀ ਗੱਲ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇਦਾਂ ਹੁੰਦਾ ਕਿ ਬੰਦਾ ਜਦੋਂ ਸਾਬਕਾ ਹੋ ਜਾਂਦਾ ਉਹ ਆਪਣਾ ਕੰਮ ਵੀ ਕਰਦਾ ਜਾਂ ਉਹਦਾ ਕੋਈ ਨਾਲ ਕੀਤਾ ਹੁੰਦਾ ਪਰ ਉਹ ਕੀਤਾ ਰਾਜਨੀਤੀ ਦੇ ਵਿੱਚੋਂ ਨਹੀਂ ਖੜਾ ਕੀਤਾ ਹੁੰਦਾ ਤੇ ਕਾਰੋਬਾਰ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਪੰਜਾਬ ਦੇ ਵਿੱਚ ਝੂਠ ਬੋਲਿਆ ਜਾਂਦਾ ਕਹਿੰਦੇ ਅਸੀਂ ਕਿ ਸੇਵਾ ਕਰਨੀ ਹੈ ਸੱਚ ਰਾਜਨੀਤੀ ਚ ਆਏ ਆ ਤੇ ਲੈਨੇ ਅਸੀਂ ਪੰਜ-ਪੰਜ ਪੈਨਸ਼ਨਾਂ ਜਾਂ ਫਿਰ ਇਹ ਗੱਲ ਕਹੋ ਵੀ ਭਾਈ ਅਸੀਂ ਕੀਤਾ ਸਾਡਾ ਇਹ ਸਾਡਾ ਇਹ ਕਾਰੋਬਾਰ ਆ ਅਸੀਂ ਰਾਜਨੀਤੀ ਦੇ ਬਿਜ਼ਨਸ ਦੇ ਵਿੱਚ ਆਏ ਹੋਏ ਆ ਸੇਵਾ ਦੀ ਗੱਲ ਕਹਿ ਕੇ ਪੈਨਸ਼ਨਾਂ ਦੇ ਗੱਫੇ ਲੈਣਾ ਇਹ ਮਾੜੀ ਗੱਲ ਆ ਆਪ ਹੀ ਚਾਹੀਦਾ ਕਿ ਭਾਈ ਪੈਨਸ਼ਨਾਂ ਅਸੀਂ ਛੱਡ ਦਗੇ ਪਰ ਛੱਡਣੀ ਕਿਹਨੇ ਆ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਇੱਕ ਵਾਰੀ ਇਹ ਗੱਲ ਕਹੀ ਕਿ ਜਿਹੜੇ ਸਰਦੇ ਪੁਜਦੇ ਵਿਧਾਨ ਸਭਾ ਦੇ ਮੈਂਬਰ ਜਾਂ ਮੰਤਰੀ ਆ ਉਹ ਆਪਣੀ ਬਿਜਲੀ ਦੀ ਸਬਸਿਡੀ ਛੱਡ ਦੇਣ ਤਾਂ ਸਿਰਫ 2-3 ਵਿਧਾਇਕਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਛੱਡੀ ਟਿਊਬਵੈਲਾਂ ਦੀ ਸਬਸਿਡੀ ਪਰ ਕਿਸੇ ਨੇ ਨਹੀਂ ਛੱਡੀ ਜਿਨ੍ਹਾਂ ਦੇ ਕੋਲੇ 1.5-2-200 ਤੋਂ 3-300 ਏਕੜ ਜ਼ਮੀਨ ਆ ਉਹਨਾਂ ਵਿਧਾਇਕਾਂ ਨੇ ਵੀ ਨਹੀਂ ਛੱਡੀ ਲੰਘੇ ਕੱਲ ਭਗਵੰਤ ਮਾਨ ਦੀ ਸਰਕਾਰ ਨੂੰ ਕੇਂਦਰ ਦੇ ਵੱਲੋਂ ਇੱਕ ਝਟਕਾ ਦਿੱਤਾ ਗਿਆ ਜੇਕਰ ਇਹ ਗੱਲ ਇਵੇਂ ਹੀ ਹੋ ਗਈ ਜਿਵੇਂ ਕਿ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਦਾ ਆਉਂਦੇ ਸਮੇਂ ਦੇ ਵਿੱਚ ਭਵੰਤਮਾਨ ਵੀ ਸਰਕਾਰ ਦੇ ਮੂਰੇ ਇੱਕ ਨਵਾਂ ਅੜਿੱਕਾ ਪੈਦਾ ਹੋ ਜਾਣਾ ਕਿਉਂਕਿ ਵਾਦਾ ਇਸ ਗੱਲ ਦਾ ਕੀਤਾ ਗਿਆ ਜੀ ਕਿ ਅਸੀਂ 300 ਯੂਨਟ ਮੁਫਤ ਬਿਜਲੀ ਪ੍ਰਤੀ ਪਰਿਵਾਰ ਦੇਵਾਂਗੇ ਪ੍ਰਤੀ ਘਰ ਦੇਵਾਂਗੇ ਪਰ ਜੇਕਰ ਕੇਂਦਰ ਦੀ ਸਰਕਾਰ ਜਿਵੇਂ ਕਿ ਕਹਿ ਰਹੀ ਹੈ ਕਿ ਡਿਜੀਟਲ ਮੀਟਰ ਲਾਓ ਤੁਸੀਂ ਤੇ ਜਿਹੜੇ ਉਹ ਮੀਟਰ ਆ ਉਹ ਬਿਲਕੁਲ ਓਵੇਂ ਕੰਮ ਕਰਨਗੇ ਜਿਵੇਂ ਕਿ ਅਸੀਂ ਆਪਣੇ ਮੋਬਾਈਲ ਰੀਚਾਰਜ ਕਰਵਾਉਨੇ ਆ ਮੰਨ ਲਓ ਤੁਸੀਂ 500 ਰੁਪਏ ਆਪਣੇ ਮੋਬਾਈਲ ਚ ਪਾਉਨੇ ਆ ਤੇ ਜਦੋਂ ਉਹ ਰਹਿ ਜਾਂਦਾ ਜੀ 400 ਰੁਪਏ ਖਤਮ ਹੋ ਜਾਂਦਾ ਦੇ ਵਿੱਚ ਉਹ 70 80 ਰੁਪਏ ਰਹਿ ਜਾਂਦੇ ਆ ਉਰੋਂ ਤੋਂ ਸੁਨੇਹਾ ਆਉਣਾ ਸ਼ੁਰੂ ਹੋ ਜਾਂਦਾ ਜੀ ਕਿ ਤੁਹਾਡੇ ਕੋਲੇ ਜਿਹੜੀ ਆ ਰਾਸ਼ੀ ਉਹ ਘਟ ਗਈ ਹੈ ਤੇ ਕਿਰਪਾ ਕਰਕੇ ਨੂੰ ਦੁਬਾਰਾ ਰੀਚਾਰਜ ਕਰਵਾ ਲਓ ਜਦੋਂ ਇਹ ਸਾਰੇ ਪੰਜਾਬ ਦੇ ਵਿੱਚ ਲੱਗੇ ਡਿਜੀਟਲ ਮੀਟਰ ਉਸ ਤੋਂ ਬਾਅਦ ਜੇਕਰ ਤੁਸੀਂ 2000 ਰੁਪਏ ਦਾ ਰੀਚਾਰਜ ਕਰਵਾਇਆ ਤੇ ਤੁਸੀਂ 1800 ਰੁਪਏ ਦੀ ਬਿਜਲੀ ਫੂਕਤੀ ਤੇ ਨਾਲ ਦੀ ਨਾਲ ਮੈਸੇਜ ਆਉਣਾ ਸ਼ੁਰੂ ਹੋ ਜਾਣਾ ਕਿ ਤੁਹਾਡੇ ਖਾਤੇ ਦੇ ਵਿੱਚ ਸਿਰਫ 200 ਰੁਪਏ ਰਹਿ ਗਿਆ ਤੁਹਾਡੇ ਦਿਮਾਗ ਦੇ ਉੱਤੇ ਇੱਕ ਤਲਵਾਰ ਲਟਕਣੀ ਆ ਕਿ ਭਾਈ ਇਹ ਨਾ ਹੋਵੇ ਕ联ਕਸ਼ਨ ਕੱਟਿਆ ਜਾਵੇ ਛੇਤੀ ਛੇਤੀ ਜਾ ਕੇ ਆਪ ਆਪ ਦਾ ਮੀਟਰ ਰੀਚਾਰਜ ਕਰਵਾ ਲਿਓ ਜਦੋਂ ਮੀਟਰ ਰੀਚਾਰਜ ਕਰਵੋਣ ਵਾਲੀ ਗੱਲ ਆ ਗਈ ਤਾਂ ਜਰਾ ਸੋਚ ਕੇ ਦੇਖੋ ਵੀ 300 ਯੂਨਟ ਬਿਜਲੀ ਵਾਲੀ ਗੱਲ ਕਿੱਧਰ ਗਈ ਜਿਹੜੀਆਂ ਨਿੱਜੀ ਕੰਪਨੀਆਂ ਨੇ ਮੀਟਰ ਲੱਗਣੇ ਆ ਉਹਨਾਂ ਨੇ ਐਂ ਥੋੜੀ ਕਹਣਾ ਵੀ 300 ਜਿਹੜੀ ਹੈ ਯੂਨਟ ਉਹ ਬਿਜਲੀ ਦੇ ਪੈਸੇ ਕੱਟ ਕੇ ਬਾਕੀ ਰਿਹਾ ਸੀ ਭੁਗਤਾਨ ਦੀ ਗੱਲ ਕਹਿੰਦੇ ਆ ਉਹਨਾਂ ਨੇ ਤਾਂ ਟੋਟਲ ਇਹ ਗੱਲ ਕਹਿਣੀ ਆ ਵੀ ਭਾਈ ਰੀਚਾਰਜ ਕਰਵਾਓ ਜਿੰਨੀਆਂ ਯੂਨਟਾਂ ਮਚ ਗਈਆਂ ਤੁਹਾਡੇ ਸਾਹਮਣੇ ਆ ਜਿੰਨੇ ਪੈਸੇ ਵਿੱਚੋਂ ਖਤਮ ਹੋ ਗਏ ਤੁਹਾਡੇ ਸਾਹਮਣੇ ਆ ਬਾਕੀ ਬਚਲੇ ਤੁਸੀਂ ਭੁਗਤਾਨ ਕਰੋ ਇਹ ਨਹੀਂ ਕਹਿ ਪਹਿਲਾਂ ਹੀ ਕਰਵਾਓ ਐਡਵਾਂਸ ਦੇ ਵਿੱਚ ਪੈਸੇ ਜਮ੍ਹਾਂ ਕਰਵਾਓ ਇਹ ਨਹੀਂ ਗੱਲ ਕਹਿਣੀ ਵੀ ਭਾਈ ਕਿੰਨੀ ਬਿਜਲੀ ਮੱਚ ਗਈ ਉਹਦੇ ਹਿਸਾਬ ਦੇ ਨਾਲ ਬਿੱਲ ਆਊਗਾ ਪਹਿਲਾਂ ਤੁਹਾਨੂੰ ਆਪਣਾ ਮੀਟਰ ਰੀਚਾਰਜ ਕਰਵਾਉਣਾ ਪੈਣਾ ਇਸ ਹਾਲਾਤ ਦੇ ਵਿੱਚ 300 ਯੂਨਟ ਬਿਜਲੀ ਮੁਫਤ ਵਾਲਾ ਕੀ ਬਣੂਗਾ ਇਸ ਹਾਲਾਤ ਦੇ ਵਿੱਚ ਟਿਊਬਵੈੱਲਾਂ ਦੀ ਮੁਫਤ ਵਾਲੀ ਬਿਜਲੀ ਦਾ ਕੀ ਬਣੂਗਾ ਇਹ ਆਉਂਦੇ ਸਮੇਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਮੂਰੇ ਅੜਿੱਕੇ ਆ ਸਕਦੇ ਆ ਜਿਨ੍ਹਾਂ ਦੇ ਬਾਬਤ ਹੁਣੇ ਤੋਂ ਸੋਚਣ ਵਿਚਾਰਨ ਦੀ ਲੋੜ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਦੋ ਟੋਕ ਕੇ ਗੱਲ ਕਹਿ ਦਿੱਤੀ ਗਈ ਆ ਭਗਵੰਤ ਮਾਨ ਸਰਕਾਰ ਨੂੰ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੇ ਜਿਹੜੇ ਬਿਜਲੀ ਦੇ ਮੀਟਰ ਆ ਲਗਭਗ 80000 ਮੀਟਰ ਆ ਜਿਹੜਾ ਜਿਹਨੂੰ ਪ੍ਰੀ-ਪੇਡ ਮੀਟਰ ਕਹਿੰਦੇ ਆ ਉਹ ਜਲਦ ਤੋਂ ਜਲਦ ਲਵਾਓ ਨਹੀਂ ਤਾਂ ਜਿਹੜੀ ਤੁਹਾਡੀ ਰਾਸ਼ੀ ਜਾਰੀ ਹੁੰਦੀ ਆ ਉਹਦੇ ਉੱਤੇ ਬ੍ਰੇਕ ਲੱਗ ਜੂਗੀ ਉਹਨੂੰ ਰੋਕ ਦਿੱਤਾ ਜਾਊਗਾ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਖਟ ਪਣੀ ਆਮ ਆदमी ਪਾਰਟੀ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੇ ਝਟਕਾ ਦਿੱਤਾ ਹੈ ਕੇਂਦਰ ਨੇ ਆਮ ਆਦਮੀ ਪਾਰਟੀ ਨੂੰ 85000 ਸਮਾਰਟ ਪ੍ਰੀ-ਪੇਡ ਮੀਟਰ ਲਾਉਣ ਨੂੰ ਕਿਹਾ ਇਹਦੇ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਜੇ ਮੀਟਰ ਨਹੀਂ ਲਾਏ ਗਏ ਤਾਂ ਕੇਂਦਰ ਨੇ ਬਿਜਲੀ ਸੁਧਾਰ ਫੰਡ ਰੋਕਣ ਦੀ ਚੇਤਾਵਨੀ ਦਿੱਤੀ ਹੈ ਇਹਨਾਂ ਆਮ ਆਰਮੀ ਪਾਰਟੀ ਦੀ ਹਰ ਘਰ ਨੂੰ 300 ਯੂਨਟ ਬਿਜਲੀ ਦੇਣ ਦੇ ਦਾਅਵੇ ਨੂੰ ਝਟਕਾ ਲੱਗਾ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ 10 ਮਾਰਚ ਨੂੰ ਚਿੱਠੀ ਲਿਖੀ ਸੀ ਜਿਹਦੇ ਜਵਾਬ ਦੇ ਵਿੱਚ ਕੇਂਦਰ ਨੇ ਇਹ ਚੇਤਾਵਨੀ ਦਿੱਤੀ ਹੈ। ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਭਰ ਦੇ ਵਿੱਚ ਪ੍ਰੀ-पेड ਮੀਟਰ ਲਵਾਏ ਜਾ ਰਹੇ ਨੇ। ਇਹਦਾ 15% ਖਰਚ ਕੇਂਦਰ ਸਰਕਾਰ ਚੁੱਕ ਰਹੀ ਹੈ। ਕੇਂਦਰ ਸਰਕਾਰ ਨੇ 2023 ਤੱਕ 25 ਕਰੋੜ ਮੀਟਰ ਲਾਉਣ ਦਾ ਟਾਰਗੇਟ ਮਿੱਥਿਆ। ਪੰਜਾਬ ਦੇ ਲਿਹਾਜ਼ ਨਾਲ ਇਹ ਵੀ ਮੁਸ਼ਕਲ ਹੈ ਕਿ ਇੱਥੇ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ਜਾਂਦੀ ਹੈ। 300 ਯੂਨਟ ਘਰਾਂ ਨੂੰ ਫ੍ਰੀ ਬਿਜਲੀ ਦੇਣੀ ਹੈ ਤਾਂ ਫਿਰ ਪ੍ਰੀਪੇਡ ਮੀਟਰ ਦੀ ਯੋਜਨਾ ਕਿਵੇਂ ਸਿਰੇ ਲੱਗ ਸਕਦੀ ਹੈ ਇਹਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਲਈ ਮੀਟਰ ਨੂੰ ਮੋਬਾਈਲ ਦੇ ਤਰ੍ਹਾਂ ਰੀਚਾਰਜ ਕਰਨਾ ਹੋਏਗਾ ਕੇਂਦਰ ਸਰਕਾਰ ਇਹਦੇ ਪਿੱਛੇ ਬਿਜਲੀ ਚੋਰੀ ਰੋਕਣ ਦਾ ਤਰਕ ਦੇ ਰਹੀ ਹੈ ਇਹਦੇ ਵਿੱਚ ਦਿਲਚਸਪ ਇਹ ਹੈ ਕਿ ਹੁਣ ਪੰਜਾਬ ਸਰਕਾਰ ਇਹਦੇ ਮੁਤਲਕ ਉਤਰ ਕੀ ਦਿੰਦੀ ਹੈ ਆਪਾਂ ਜਾਣਦੇ ਹਾਂ ਕਿ ਭਗਵੰਤ ਮਾਨ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਨ ਉੱਥੇ ਉਹਨਾਂ ਨੇ ਹਰ ਸਾਲ 50-50 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਸੀ ਤੇ ਬਖਰਾ ਪੈਕੇਜ ਮੰਗਿਆ ਸੀ ਤੇ ਕੇਂਦਰ ਸਰਕਾਰ ਦੀ ਚੇਤਾਵਨੀ ਦਰਮਿਆਨ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਸੀ ਕਿ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਹਾਲਾਂਕਿ ਹੁਣ ਨਵੀਆਂ ਪਰਸਤਿਤੀਆਂ ਦੇ ਵਿੱਚ ਬਿਜਲੀ ਵਿਭਾਗ ਦੇ ਵੱਲੋਂ ਅਫਸਰਾਂ ਦੀ ਮੀਟਿੰਗ ਸੱਦੀ ਜਾਵੇਗੀ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਮੈਨੂੰ ਕਈ ਸੱਜਣ ਅਕਸਰ ਇਹ ਗੱਲ ਕਹਿੰਦੇ ਆ ਜਿਹੜੇ ਕਿ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੁੰਦੇ ਤੇ ਜਨੂਨੀ ਹੁੰਦੇ ਆ ਉਹ ਕਹਿੰਦੇ ਜੀ ਕਿ ਪੰਜਾਬ ਦੇ ਕਿਸਾਨਾਂ ਨੂੰ ਮੁਫਤ ਦੇ ਵਿੱਚ ਬਿਜਲੀ ਮਿਲਦੀ ਹੈ ਟਿਊਬਵੈਲਾਂ ਦੀ ਇਦੇ ਨਾਲ ਦੇਖੋ ਜੀ ਸੂਬਾ ਕਿੰਨਾ ਘਾਟੇ 'ਚ ਜਾ ਰਿਹਾ ਮੈਂ ਉਹਨਾਂ ਨੂੰ ਇੱਕੋ ਉੱਤਰ ਦਿੰਨਾ ਵੀ ਜਦੋਂ ਕੇਂਦਰ ਦੀ ਸਰਕਾਰ ਵੱਡੇ-ਵੱਡੇ ਕਾਰਪੋਰੇਟ ਘਰਾੜਿਆਂ ਦਾ ਲੱਖਾਂ ਅਰਬਾਂ ਰੁਪਈਆ ਮਾਫ਼ ਕਰ ਦਿੰਦੀ ਹੈ ਲੱਖਾਂ ਕਰੋੜ ਦੇ ਹਿਸਾਬ ਦੇ ਨਾਲ ਮਾਫ਼ ਕਰਦੀ ਹੈ ਕਦੇ 2 ਲੱਖ ਕਰੋੜ ਦੀ ਖਬਰ ਆ ਗਈ ਕਦੇ ਕਿੰਨੇ ਹਜ਼ਾਰ ਕਰੋੜ ਦੀ ਖਬਰ ਆ ਗਈ ਉਹ ਜਦੋਂ ਕਾਰਪੋਰੇਟ ਘਰਾੜਿਆਂ ਦਾ ਮਾਫ਼ ਕਰਦੀ ਹੈ ਤਾਂ ਫਿਰ ਇੱਕ ਨਗੂਣੀ ਜੀ ਰਕਮ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਕਿਹੜੀ ਗੱਲੋਂ ਚੁੱਪਦੀ ਹੈ ਇਹਦੇ ਬਾਬਤ ਕੌਣ ਉੱਤਰ ਦੇਊਗਾ ਸੋ ਪੰਜਾਬ ਦੀ ਸਰਕਾਰ ਨੂੰ ਇਸ ਵਕਤ ਘੇਰਾ ਪੈ ਰਿਹਾ ਇਹ ਗੱਲ ਨੂੰ ਸੋਚਣਾ ਸਮਝਣਾ ਮੜਦਾ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਵੱਜ ਜਾਣੇ ਆ ਉਹਦਾ ਕਾਰਨ ਇਹ ਆ ਕਿ ਰੂਸ ਦੇ ਵੱਲੋਂ ਯੂਕਰੇਨ ਤੇ ਹਮਲਾ ਕੀਤਾ ਗਿਆ ਕੋਲੇ ਦੀ ਕੀਮਤ ਤੇ ਵਾਧਾ ਹੋ ਗਿਆ ਇਸ ਵੇਲੇ ਪੰਜਾਬ ਦੇ ਥਰਮਲ ਪਲਾਂਟਾਂ ਦੇ ਕੋਲੇ ਦੀ ਕਿੱਲਤ ਚੱਲ ਰਹੀ ਹੈ ਜਿਵੇਂ ਜਿਵੇਂ ਗਰਮੀ ਵਧੂਗੀ ਤੇ ਜਿਵੇਂ ਜਿਵੇਂ ਬਿਜਲੀ ਦੀ ਖਪਤ ਵਧੂਗੀ ਨਾਲ ਦੀ ਨਾਲ ਹੀ ਕੋਲੇ ਦੀ ਮੰਗ ਹੋਰ ਵਧੂਗੀ ਕਿਉਂਕਿ ਬਿਜਲੀ ਹੋਰ ਵੱਧ ਪੈਦਾ ਕਰਨੀ ਆ ਜਦੋਂ ਕੋਲਾ ਘਟੂਗਾ ਬਿਜਲੀ ਦੇ ਕੱਟ ਲੱਗਣਗੇ ਤੇ ਲੋਕਾਂ ਨੇ ਤਰਾ ਤਰਾ ਕਰਨਾ ਤੇ ਭਗਵੰਤ ਮਾਨ ਸਰਕਾਰ ਦੇ ਉੱਤੇ ਸਵਾਲ ਉੱਠਣਗੇ ਸੋ ਆਉਂਦੇ ਸਮੇਂ ਦੇ ਵਿੱਚ ਬਿਜਲੀ ਦੀ ਕਿੱਲਤ ਤੇ ਉਧਰੋਂ ਜੇਕਰ ਪ੍ਰੀਪੇਡ ਮੀਟਰ ਲਾਉਣੇ ਪਏ ਡਿਜੀਟਲ ਉਹਦੇ ਕਰਕੇ ਬਹੁਤ ਵੱਡੀ ਸਮੱਸਿਆ ਆਊਗੀ ਇਹ ਕੋਸ਼ਿਸ਼ ਪਹਿਲਾਂ ਵੀ ਕੀਤੀ ਗਈ ਸੀ ਪਰ ਉਦੋਂ ਨਿਪਰੇ ਨਹੀਂ ਸੀ ਚੜੀ ਪਰ ਹੁਣ ਕੇਂਦਰ ਦੀ ਸਰਕਾਰ ਦੇ ਵੱਲੋਂ ਅਸਿੱਧੇ ਤਰੀਕੇ ਦੇ ਨਾਲ ਬਾਹਰ ਬਰੋੜਨ ਦੀ ਤਿਆਰੀ ਕੀਤੀ ਗਈ ਹੈ ਕਿ ਆਪੇ ਲੋਕਾਂ ਦੀ ਨਜ਼ਰ ਦੇ ਵਿੱਚ ਭਗਵੰਤਮਾਨ ਸਰਕਾਰ ਝੂਠੀ ਪਾਊਗੀ ਕਿਉਂਕਿ ਉਹਨੇ ਵਾਅਦਾ ਕੀਤਾ ਤੇ ਵਾਅਦਾ ਪੂਰਾ ਇਹਨਾਂ ਨੇ ਕਰਨਾ ਇਸ ਕਰਕੇ ਅਸੀਂ ਤੁਣਕਾ ਇਹੋ ਜਿਹਾ ਮਾਰਦੇ ਆਂ ਵੀ ਇਹ ਆਪੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਡਿੱਗਣਗੇ ਸੋ ਭਗਵੰਤਮਾਨ ਦੀ ਸਰਕਾਰ ਆਉਂਦੇ ਦਿਨਾਂ ਦੇ ਵਿੱਚ ਇਸ ਮੁਤਲਕ ਕੀ ਫੈਸਲਾ ਕਰੂ ਇਹ ਸਮਾਂ ਦਸੂ ਪਰ ਇਹ ਗੱਲ ਬੜੀ ਕਲੀਅਰ ਹੈ ਵੀ ਜੇਕਰ ਮੀਟਰ ਰੀਚਾਰਜ ਮੋਬਾਈਲ ਵਾਂਗੂ ਹੋਣ ਲੱਗ ਪੇ ਤਾਂ ਜਿਹੜੀ 300 ਯੂਨਟ ਮੁਫਤ ਬਿਜਲੀ ਹੈ ਇਹਦਾ ਕੋਈ ਤੁਕ ਨਹੀਂ ਬਣਨੀਗੀ ਜੋ ਕਿਸਾਨਾਂ ਦੀ ਮੁਫਤ ਬਿਜਲੀ ਹੈ ਇਹਦੇ ਉੱਤੇ ਵੀ ਸਵਾਲ ਖੜੇ ਹੋਣਗੇ ਉਹਦਾ ਕਾਰਨ ਇਹ ਹੈਗਾ ਵੀ ਜਦੋਂ ਤੁਸੀਂ ਆਪਣਾ ਮੀਟਰ ਹੀ ਰੀਚਾਰਜ ਕਰਵਾ ਲਿਆ ਤਾਂ 300 ਯੂਨਟ ਮੁਫਤ ਵਾਲੀ ਤਾਂ ਗੱਲ ਹੀ ਖਤਮ ਹੋ ਜਾਣੀ ਆ 200 ਯੂਨਟ ਮੁਫਤ ਵਾਲੀ ਵੀ ਗੱਲ ਖਤਮ ਹੋ ਜਾਣੀ ਆ ਵਾਦੇ ਜੀ ਨੇ ਕੀਤੇ ਉਹ ਆਪੇ ਪੂਰੇ ਕਰੇ ਸਰਕਾਰ ਨੇ ਆਉਂਦੇ ਸਮੇਂ ਤੇ ਇਹ ਗੱਲ ਕਰਨੀ ਕੇਂਦਰ ਨੇ ਸੋ ਆਉਂਦੇ ਸਮੇਂ ਦੇ ਵਿੱਚ ਦਿੱਕਤਾਂ ਵੱਧ ਸਕਦੀਆਂ ਵੇਖਾਂਗੇ ਕਿ ਭਗਵੰਤ ਮਾਨ ਸਰਕਾਰ ਇਹਨਾਂ ਮੁਸ਼ਕਲਾਂ ਨੂੰ ਕਿਵੇਂ ਪਾਰ ਕਰਦੀ ਹੈ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਰੁਝਾਨ ਕਿਸ ਤਰੀਕੇ ਦੇ ਨਾਲ ਆਪਾਂ ਜਾਣਦੇ ਆ ਤੇ ਦੁੱਖ ਇਸ ਗੱਲ ਦਾ ਕਿ ਕਬੱਡੀ ਖਿਡਾਰੀਆਂ ਦੇ ਉੱਤੇ ਪਰਛਾਵਾਂ ਕਲਾਕਾਰਾਂ ਦੇ ਉੱਤੇ ਪਰਛਾਵਾਂ ਤੇ ਹੋਰ ਕਾਰੋਬਾਰੀਆਂ ਦੇ ਉੱਤੇ ਵੀ ਇਹ ਪਰਛਾਵਾਂ ਪੈ ਰਿਹਾ ਪਿਛਲੇ ਨਹੀਂ ਸੰਦੀਪ ਅੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ ਬਹੁਤ ਦੁੱਖ ਹੋਇਆ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪੋਸਟਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਦੁੱਖ ਪਹਚਾਇਆ ਹੁਣ ਗਾਇਕ ਮਨਕੀਰਤ ਔਲਖ ਦੇ ਬਾਰੇ ਖਬਰ ਆਈ ਹੈ ਉਹਨੂੰ ਇੱਕ ਗੈਂਗਸਟਰ ਗਰੁੱਪ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਤੇਰਾ ਨੰਬਰ ਲਾਉਣਾ ਤੇ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਹਨੂੰ ਮਾਰ ਦੇਣਾ ਸੀ ਤੇ 10 ਮਿੰਟ ਪਹਿਲਾਂ ਹੀ ਉੱਥੋਂ ਨਿਕਲ ਗਿਆ ਸਾਨੂੰ ਦੁੱਖ ਹੋਈ ਹੈ ਅਸੀਂ ਕਿਸੇ ਦੇ ਗੀਤਾਂ ਨਾਲ ਸਹਿਮਤ ਹੋਈਏ ਅਸਹਿਮਤ ਹੋਈਏ ਵਖਰੀ ਗੱਲ ਹੈ ਪਰ ਮਨੁੱਖ ਦੇ ਤੌਰ ਦੇ ਉੱਤੇ ਕਦਰ ਕਰਨੀ ਬਣਦੀ ਹੈ ਸਾਰੇ ਲੋਕ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਇੱਕ ਬੇਨਤੀ ਵੀ ਜ਼ਰੂਰ ਹੈ ਕਿ ਸਾਰੇ ਮਨੁੱਖ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਵੀ ਕਰਨ ਭਾਵੇਂ ਉਹ ਪੱਤਰਕਾਰ ਆ ਭਾਵੇਂ ਉਹ ਗਾਇਕ ਆ ਭਾਵੇਂ ਕੋਈ ਹੋਰ ਕਾਰੋਬਾਰੀ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਹੁਣ ਸੋਸ਼ਲ ਮੀਡੀਆ ਤੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਸਰੀਆਮ ਧਮਕੀ ਦਿੱਤੀ ਹੈ ਇਥੋਂ ਤੱਕ ਲਿਖ ਦਿੱਤਾ ਕਿ ਔਲਖ ਨੂੰ ਟਿਕਾਣੇ ਲਾਉਣ ਦੀ ਪੂਰੀ ਤਿਆਰੀ ਸੀ ਉਦੀ ਕਿਸਮਤ ਚੰਗੀ ਸੀ ਕਿ 10 ਮਿੰਟ ਪਹਿਲਾਂ ਉਥੋਂ ਨਿਕਲ ਗਿਆ ਨਹੀਂ ਤਾਂ ਉਹ ਸਵਰਗ ਸੁਧਾਰ ਜਾਂਦਾ ਬਚੇਗਾ ਹੁਣ ਵੀ ਨਹੀਂ ਸੋਸ਼ਲ ਮੀਡੀਆ ਦੀ ਇਸ ਧਮਕੀ ਤੋਂ ਬਾਅਦ ਪੁਲਿਸ ਅਲਰਟ ਦੇ ਉੱਤੇ ਹੈ ਮੁਹਾਲੀ ਪੁਲਿਸ ਨੇ ਸੀਆਈਏ ਸਟਾਫ ਦੇ ਜ਼ਰੀਏ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਬੰਮੀਹਾ ਗਰੁੱਪ ਨੇ ਲਿਖਿਆ ਕਿ ਮਨਕੀਰਤ ਔਲਖ ਇੱਕ ਨੰਬਰ ਦਾ ਫੁਕਰਾ ਹੈ 뮤ਜ਼ਿਕ ਇੰਡਸਟਰੀ ਦੇ ਵਿੱਚ ਉਹਨੇ ਆਪਣਾ ਦਬਦਬਾ ਬਣਾਇਆ ਹੋਇਆ ਹੈ ਕਿ ਮੇਰੀ ਲੌਰੈਂਸ ਗਰੁੱਪ ਦੇ ਨਾਲ ਨਜ਼ਦੀਕੀ ਹੈ ਇਹਦੇ 2-4 ਬੰਦੇ ਦੇ ਨਾਲ ਉਹਦੀ ਬਣਦੀ ਹੈ ਇਸ ਕਰਕੇ ਇਹ ਸਭ ਨੂੰ ਡਰਾ ਰਿਹਾ ਹੈ ਤੇ ਇਥੇ ਵੀ ਦਸਲਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗਾਇਕਾਂ ਤੇ ਫਿਲਮੀ ਕਲਾਕਾਰਾਂ ਨੂੰ ਗੈਂਗਸਟਰਾਂਆਂ ਦੀਆਂ ਧਮਕੀਆਂ ਮਿਲੀਆਂ ਨੇ ਤੇ ਗੋਲੀ ਵੀ ਚੱਲੀ ਐ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਪਹਿਲੇ ਗਲਤ ਅਸੀਂ ਕਹਾਂਗੇ ਮਨਕੀਰਤ ਔਲਖ ਦਾ ਵਾਲਵਿੰਗਾ ਨਾ ਹੋਵੇ ਤੇ ਕਿਸੇ ਦਾ ਵੀ ਵਾਲਵਿੰਗਾ ਨਾ ਹੋਵੇ ਪਹਿਲਾਂ ਤਾਂ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆਂ। ਪਰ ਮੇਰੀ ਜ਼ਾਤੀ ਤੌਰ ਦੇ ਉੱਤੇ ਬੇਨਤੀ ਆ ਮਨਕੀਰਤ ਔਲਖ ਨੂੰ ਕਿ ਆਪ ਜੀ ਨੇ ਵੀ ਕਰੇ ਗੈਂਗਸਟਰਾਂ ਵਾਲੇ ਗੀਤ, ਗੋਲੀਆਂ ਵਾਲੇ ਗੀਤ, ਬੰਦੂਕਾਂ ਵਾਲੇ ਗੀਤ ਗਾਉਣ ਤੋਂ ਗੁਰੇਜ਼ ਨਹੀਂ ਕੀਤਾ। ਜੇਲਾਂ ਵਿੱਚੋਂ ਫੋਨ ਆਉਣਗੇ ਪਰਖੀ ਨਟੌਰ ਜੱਟ ਦੀ ਕਦੇ ਕੋਈ ਖਬਰ ਕਦੇ ਕੋਈ ਗਾਣਾ ਕਦੇ ਕੋਈ ਗਾਣਾ ਇਦਾਂ ਦੇ ਗਾਣੇ ਗਾਉਣੇ ਵੀ ਚੰਗੀ ਗੱਲ ਨਹੀਂ ਜਦੋਂ ਅਸੀਂ ਇਹ ਨੁਕਤੇ ਚੁੱਕਦੇ ਆ ਤਾਂ ਇਹ ਗੱਲ ਹੁੰਦੀ ਜੀ ਕਿ ਗਾਣੇ ਤਾਂ ਸਿਰਫ ਮਨੋਰੰਜਨ ਵਾਸਤੇ ਹੁੰਦੇ ਆ ਗਾਣਿਆਂ ਦਾ ਸਾਡੀ ਜਵਾਨੀ ਦੇ ਉੱਤੇ ਅਲੜ ਉਮਰਾਂ ਦੇ ਉੱਤੇ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਵੱਡਾ ਅਸਰ ਹੁੰਦਾ ਪਰ ਹੁਣ ਤੁਹਾਨੂੰ ਤਮਕੀ ਆਈ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਪਰ ਤੁਹਾਨੂੰ ਵੀ ਦੁੱਖ ਮਨਾਉਣਾ ਚਾਹੀਦਾ ਕਿ ਤੁਸੀਂ ਜਵਾਨੀ ਨੂੰ ਕਰਾਹੇ ਪਾਉਣ ਵਾਲੇ ਗੀਤ ਗਾਏ ਆ ਤੁਸੀਂ ਵੀ ਚੰਗੇ ਗੀਤ ਗਾਉਂ ਭਵਿੱਖ ਦੇ ਵਿੱਚ ਸਾਰੇ ਕਲਾਕਾਰ ਚੰਗੇ ਗੀਤ ਗਾਉਣ ਭਵਿੱਖ ਦੇ ਵਿੱਚ ਇਹਦੀ ਵੀ ਅਸੀਂ ਕਾਮਨਾ ਕਰਦੇ ਆ ਸੋ ਬੇਨਤੀ ਇਹ ਆ ਸਮੂਹ ਪੰਜਾਬੀ ਕਲਾਕਾਰਾਂ ਨੂੰ ਫਿਲਮੀ ਕਲਾਕਾਰਾਂ ਨੂੰ ਕਿ ਆਪਣੀ ਹਿੱਸੇ ਦੀਆਂ ਜ਼ਿੰਮੇਵਾਰੀਆਂ ਨੂੰ ਪਛਾਣਿਏ ਉਹਨਾਂ ਲੋਕਾਂ ਦੀ ਘਾਟ ਵੀ ਨਹੀਂ ਪੰਜਾਬ ਦੇ ਵਿੱਚ ਜਿਹੜੇ ਚੰਗਾ ਗਾਉਂਦੇ ਆ ਜਿਹੜੇ ਚੰਗਾ ਲਿਖਦੇ ਆ ਪਰ ਉਹ ਵੀ ਹੈਗੇ ਆ ਜਿਹੜੇ ਕਿ ਕਹਿੰਦੇ ਆ ਇੰਨਾਂ ਇੰਨਾਂ ਕਰਦੇ ਹੁੰਨੇ ਆ ਸਾਡੀ ਚਲਦੀ ਆਏ ਆ ਸਾਨੂੰ ਪਸੰਦੀਆਂ ਉਹ ਕਰਦੇ ਆ ਸਾਡੇ ਮਗਰ ਯੂਥ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਥੋੜਾ ਜਿਹਾ ਗੁਰੇਜ਼ ਕਰੋ ਇਹ ਹੋਚੀਆਂ ਗੱਲਾਂ ਇਹ ਫੁਕਰਬਾਦੀ ਵਾਲੀਆਂ ਗੱਲਾਂ ਇਹਨਾਂ ਤੋਂ ਗਰੇਜ਼ ਕਰਕੇ ਚੰਗੇ ਇਨਸਾਨ ਬਣਨ ਦੀ ਸੰਜੀਦਾ ਇਨਸਾਨ ਬਣਨ ਦੀ ਗੈਰ ਗੰਭੀਰ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੋ ਜੀ ਕੋ ਕੋ ਤੇ ਉਹੋ ਜੇ ਬੱਚੇ ਜਿਹੋ ਜੇ ਗਾਉਣ ਵਾਲੇ ਉਹੋ ਜੇ ਸੁਣਨ ਵਾਲੇ ਜਿਵੇਂ ਸਿਆਣੇ ਕਹਿੰਦੇ ਆ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਸੋ ਬੇਨਤੀ ਇਹ ਹੈ ਜੀ ਕਿ ਚੰਗੇ ਨੇ ਕੰਮ ਕਰਨੇ ਚਾਹੀਦੇ ਆ ਅੱਜ ਗੁੱਡੀ ਚੜੀ ਆ ਕੱਲ ਨੂੰ ਥੱਲੇ ਆ ਜਾਣੀ ਆ ਆਪਣੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਹਰ ਬੰਦੇ ਨੂੰ ਨਿਭਾਉਣੀਆਂ ਚਾਹੀਦੀਆਂ ਭਾਵੇਂ ਉਹ ਗਾਇਕ ਆ ਭਾਵੇਂ ਲੀਡਰ ਆ ਭਾਵੇਂ ਵਪਾਰੀ ਆ ਭਾਵੇਂ ਪੱਤਰਕਾਰ ਆ ਭਾਵੇਂ ਡਾਕਟਰ ਆ ਪਰ ਕਲਾਕਾਰਾਂ ਦੇ ਵੱਲ ਖਿਆਲ ਇਸ ਕਰਕੇ ਵੱਧ ਰਿਹਾ ਹੈ ਕਿਉਂਕਿ ਉਹ ਗਲੈਮਰ ਦੀ ਦੁਨੀਆ ਨਾਲ ਜੁੜੇ ਹੋਏ ਆ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ